ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ। ਔਰ ਰਾਵਲਪਿੰਡੀ ਦੇ ਅੰਦਰ ਕਾਫੀ ਦੇਰ ਤੋਂ ਮੈਂ 2014 ਦੇ ਵਿੱਚ ਇੱਕ ਰਿਸਰਚ ਸਾਹਮਣੇ ਲੈ ਕੇ ਆਇਆ ਸੀ ਰਾਵਲਪਿੰਡੀ, ਕਹਿ ਲਓ ਤੁਸੀਂ ਕਿ ਅੰਦਰੂਨ ਸ਼ਹਿਰ ਰਾਵਲਪਿੰਡੀ ਦੀ। ਰਾਵਲਪਿੰਡੀ ਅੰਦਰੂਨ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਸਾਰੇ ਹਿਸਟੋਰੀਕਲ ਫੈਕਟਸ ਐਸੇ ਨੇ ਜਿਹੜੇ ਕਿ ਸਟਿਲ ਅਨਡਿਸਕਵਰਡ ਨੇ। ਇੱਕ ਧਰਮਸ਼ਾਲ ਇੱਕ ਗੁਰਦੁਆਰੇ ਦੀ ਮੈਂ ਗੱਲ ਕੀਤੀ ਸੀ ਕਿ ਉਹ ਗੁਰਦੁਆਰਾ ਸਾਹਿਬ ਜਿਹੜਾ ਸੀ ਉਹ ਲੰਡਾ ਬਾਜ਼ਾਰ ਦੇ ਅੰਦਰ ਸੀ, ਲੇਕਿਨ ਕੁਛ ਮਾਲੂਮਾਤ ਪ੍ਰੋਪਰ ਨਹੀਂ ਮੈਨੂੰ ਮਿਲ ਸਕੀ। ਹੁਣ ਤੁਸੀਂ ਪ੍ਰੋਪਰ ਮੈਨੂੰ ਗਾਈਡ ਕਰਨਾ ਔਰ ਮੈਂ ਤੁਹਾਨੂੰ ਸਾਰੇ ਫੈਕਟਸ ਦਿਖਾਵਾਂਗਾ ਕਿ ਕਿੱਥੋਂ ਕੀ ਸ਼ੁਰੂ ਹੁੰਦਾ ਸੀ। ਔਰ ਮਜ਼ੇਦਾਰੀ ਦੀ ਚੀਜ਼ ਹੈ ਵੇ ਕਿ ਇੱਕ ਹੀ ਗਲੀ ਦੇ ਵਿੱਚ ਗੁਰਦੁਆਰਾ ਵੀ ਹੈ ਔਰ ਮੰਦਿਰ ਵੀ ਹੈ। ਠੀਕ ਹੈ ਜੀ, ਮੇਰਾ ਸਾਥ ਦੇਣਾ ਔਰ ਨਾਲ ਨਾਲ ਪਲੀਜ਼ ਜਲਦੀ ਨਾ ਟਰਾਂਸਲੇਟ ਕਰਨਾ, ਟਾਈਮ ਥੋੜ੍ਹਾ ਮੇਰੇ ਕੋਲ, ਸ਼ਾਮ ਹੋਣ ਵਾਲੀ ਹੈ। ਔਰ 2014 'ਚ ਜਦੋਂ ਡਿਸਕਵਰ ਕੀਤਾ ਸੀ ਤਾਂ ਉਸ ਵੇਲੇ ਉਹ ਜਗ੍ਹਾ ਬੰਦ ਸੀ, ਅੱਜ ਖੁਸ਼ਕਿਸਮਤੀ ਨਾਲ ਉਹ ਜਗ੍ਹਾ ਮੈਨੂੰ ਖੁੱਲ੍ਹੀ ਮਿਲੀ ਹੈ ਅਤੇ ਮੈਂ ਉੱਥੇ ਪਹੁੰਚਿਆ ਵਾਂ। ਲਓ ਜੀ, ਇਹ ਤਾਂ ਹੈ ਮੰਦਿਰ। ਠੀਕ ਹੈ ਜੀ, ਔਰ ਮੰਦਿਰ ਦੇ ਨਾਲ ਇਹ ਖਾਲਸਾ ਪੰਥ ਦੇ ਘਰ ਨੇ ਪੁਰਾਣੇ। ਠੀਕ ਹੈ ਜੀ, ਦਰਸ਼ਨ ਕਰੋ ਔਰ ਨਾਲੋ ਨਾਲ ਪਲੀਜ਼ ਇਹਨੂੰ ਫਾਰਵਰਡ ਕਰਦੇ ਚਲੋ। ਠੀਕ ਹੈ ਜੀ, ਅੱਗੇ ਮੈਂ ਤੁਹਾਨੂੰ ਦਿਖਾਉਣਾ ਵਾਂ ਜਿਹੜੀ ਚੀਜ਼ ਮੈਂ ਦਿਖਾਉਣਾ ਚਾਹ ਰਿਹਾ ਕਿ 2014 ਵਿੱਚ ਜਿਹੜੀ ਚੀਜ਼ ਮੈਂ ਸਾਹਮਣੇ ਲੈ ਕੇ ਆਇਆ ਸੀ ਉਹਦਾ ਪ੍ਰਾਇਮਰੀ ਸੋਰਸ ਮੈਨੂੰ ਨਹੀਂ ਸੀ ਮਿਲ ਰਿਹਾ ਕਿਉਂਕਿ ਉਹ ਜਗ੍ਹਾ ਕਨਵਰਟ ਹੋਈ ਹੋਈ ਸੀ ਇਮਾਮ ਬਾਰਗਾਹ ਦੇ ਅੰਦਰ। ਹਾਂਜੀ ਜੀ, ਉਹ ਉੱਤੇ ਸਾਈਨ ਕੋ ਸਾਈਨ ਜਿਹੜੇ ਨੇ ਖਾਲਸਾ ਦੇ ਨਜ਼ਰ ਆਉਣਾ ਸ਼ੁਰੂ ਹੋ ਗਏ ਨੇ, ਆਹ ਦੇਖੋ ਤੁਸੀਂ। ਠੀਕ ਹੈ ਜੀ, ਸ਼ਬਦ ਲਿਖੇ ਹੋਏ ਨੇ। ਆਓ ਚੱਲਦੇ ਹਾਂ ਫਿਰ ਅੱਗੇ। ਇਹ ਜਗ੍ਹਾ ਜਿਹੜੀ ਹੈ ਜੀ ਜਿਹੜੀ ਬੰਦ ਸੀ ਜਿਹਦੀ ਮੈਂ ਗੱਲ ਕਰ ਰਿਹਾ ਸੀ 2014 ਦੀਆਂ, ਮੇਰੇ ਕੋਲ ਤਸਵੀਰਾਂ ਪਈਆਂ ਨੇ। ਮੇਰੇ ਕੁਛ ਦੋਸਤ ਉਹਨਾਂ ਨੂੰ ਮੈਂ ਜ਼ਿਕਰ ਵੀ ਕੀਤਾ ਸੀ ਕਿ ਪਲੀਜ਼ ਮੈਨੂੰ ਤੁਸੀਂ ਦੱਸ ਦੇਵੋ। ਇੱਕ ਪਲੇਟ ਉਹਨਾਂ ਨੇ ਲਾਈ ਜਿਹਦੀ ਮੈਨੂੰ ਇੰਤਜ਼ਾਰ ਸੀ। ਇਹ ਪਿੱਛੇ ਇਹ ਘਰ ਜਿਨ੍ਹਾਂ ਨੇ ਬਣਵਾਇਆ ਸੀ, ਉਹ ਉੱਤੇ ਖੰਡਾ ਸਾਹਿਬ ਬਣਿਆ ਹੋਇਆ। ਠੀਕ ਹੈ ਜੀ, ਨਾਲ ਹੀ ਵਿਕਟੋਰੀਆ, ਕੁਈਨ ਵਿਕਟੋਰੀਆ ਦਾ ਤਾਜ ਹੈ। ਔਰ ਤਾਜ ਤੋਂ ਕੀ ਸਾਬਤ ਹੁੰਦਾ? ਤਾਜ ਤੋਂ ਇਹ ਚੀਜ਼ ਸਾਬਤ ਹੁੰਦੀ ਹੈ ਕਿ ਜਿਹੜਾ ਰੈਜ਼ੀਡੈਂਟ ਹੈ ਉਹਦੇ ਸਰਕਾਰ ਦੇ ਨਾਲ ਅੱਛੇ ਤਲਕਾਤ ਨੇ, ਜਾਂ ਉਹ ਬ੍ਰਿਟਿਸ਼ ਆਰਮੀ ਦੇ ਵਿੱਚ ਜੌਬ ਕਰਦਾ ਜਾਂ ਬ੍ਰਿਟਿਸ਼ ਆਰਮੀ ਦਾ ਕੰਟਰੈਕਟਰ ਹੈ। ਠੀਕ ਹੈ ਜੀ, ਇਹਨਾਂ ਦਾ ਇਹ ਮਕਸਦ ਹੈ। ਓਕੇ, ਥੋੜ੍ਹਾ ਜਿਹਾ ਮੇਰਾ ਕੈਮਰਾ ਵੀ ਜਿਹੜਾ ਬਲਰ ਕਰ ਰਿਹਾ, ਮੈਂ ਥੋੜ੍ਹਾ ਜਿਹਾ ਠੀਕ ਕਰਾਂ ਨੂੰ ਜੀ। ਹਾਂਜੀ, ਹੁਣ ਦੇਖੋ ਇਹ ਉਹ ਘਰ ਦੀ ਐਂਟਰੈਂਸ ਹੈ। ਆਓ ਫਿਰ ਜਿਹੜੀ ਮੇਨ ਚੀਜ਼ ਹੈ ਜਿਹੜੀ ਉਸ ਵੇਲੇ ਮੈਂ ਲੱਭ ਰਿਹਾ ਸੀ, ਲੱਗਾ ਹੋਇਆ ਲੋਕ ਇੱਥੇ। ਠੀਕ ਹੈ ਜੀ, ਇਹ ਗੁਰਦੁਆਰਾ ਸਾਹਿਬ ਦੂਰ ਹੈ। ਇਹ ਦੇਖੋ ਤੁਸੀਂ ਕਿੰਨੀ ਸੋਹਣੀ ਟਾਈਲਿੰਗ ਔਰ ਸਾਰਾ ਕੁਛ ਹੋਇਆ ਹੋਇਆ। ਪਲੀਜ਼ ਨਾਲ ਨਾਲ ਸ਼ੇਅਰ ਕਰਦੇ ਚਲੋ। ਕਾਰ ਨੰਬਰ F6 4-5 ਇਸ ਵੇਲੇ।
जी मिर्जा साहब मैंने 2014 का पता है उधर से इसको खोल दे चलिए मैं इधर से बना तो दिए तो क्या बना नहीं ये भी आपको बताते हैं इसका नाम क्या है लो जी मेन दीवान हॉल ये देखो तुसी टाइल फ्लोरिंग जिन्नी भी है इत्थे दी ये देखो तुसी अच्छा ये सेवा करवाई जल्दी ना पढ़ के दसो जी जी प्लीज ये सेवा करवाई दसो किस दे नाम दी है ओके जी अगे आ गया गुरुद्वारा साहिब दा प्लीज़ नाइस जॉब ठीक है लेकिन प्लीज़ मैनू तुसी दा नाम पढ़ के दसो गुरुद्वारा साहिब दा दो गुरु खंडे और उस तो बाद एक ओंकार सतगुर प्रसाद हाँ जी जी दसो प्लीज़ नाम जल्दी नल कमेंट्स रुक गए ने वीरे जल्दी नल टाइम लाइव दे विच थोड़ा हुंदा है ना जी अच्छा जी सेवा कराई भाग देवी मेहता ने सेवा करवाई गुड भगत मेहता ठीक है जी ए वाली जड़ी सेवा है भगत मेहता ने सेवा करवाई ठीक है जी फरश की यानी के और गुरुद्वारा साहिब का नाम जड़ा है गुरुद्वारा श्री इस्त्री साहब इस्त्री सत्संग वेरी गुड लो जी लंडा बाजार बहुत ज़्यादा सारे लोग जड़े सन वो कहते सन कि भी मैं मंडी बाबा दीन के अंदर जो औरतों का गुरुद्वारा दिखाया सी इस्त्री गुरुद्वारा यानी कि फीमेल गुरुद्वारा ठीक है जी दो गुरुद्वार के निशान जड़े ने हरिपुर भी मिलते हैं जिथे इस्त्रियों के गुरुद्वारे ने डॉक्टर हरबंस लाल जिहड़े माशाला 87 ईयर ओल्ड ने उन्होंने भी कन्फर्म किया कि औरतों के गुरुद्वारे उस वक्त होंगे सन गुरद्वारा इस्त्री सत्संग ठीक है जी ये 2014 के विच मैं इहदियां तस्वीरां दिखा सकना मैं पाईआं होईआं ने माता नहीं जी मेहता परिवार वालों मिर्जा साहब ठीक है जी दूसरी है सेवा करवाई देखो तुसी ओ इस जगह देते हुए एक ओंकार सतगुर प्रसाद प्लीज नेक्स्ट दसो हाँ जी प्लीज आई एम स्टिल देयर मैं इत्थे खलोता होया वा जल्दी नाल इहदी ट्रांसलेशन पा दिया करो क्योंकि टाइम थोड़ा होंदा है जी दो जिहड़े दरवाजे ने पांच दरवाजे ने एक दरवाजा दूसरा दरवाजा ऐ तीसरा दरवाजा ऐ चौथा जिहड़ी के रहत मर्यादा है गुरुद्वारे दे चार दरवाजे ए चार दरवाजे तुसी देख सकते हो तीनों अगे ने चौथे दरवाजे अगे मैं खलोता है वहाँ पंजवां दरवाजा जड़ा फर्स्ट फ्लोर तो ठीक है जी अंदर चल लिया ऐ तुसी देखो टाइलिंग जड़ी है स्टिल वेरी ब्यूटीफुल कॉर्नर जड़े ने उस वेले दी महंगी तरीन टाइल जड़ी है गुरुद्वारा बारादरी दे विच भी मैं तुहानू दिखा चुकिया मैं बस कोई यहीं पर खड़ा लाइट जरा जरा दिखा रहे हैं ये मेरे दोस्त हैं अमेरिका में सारे कनाडा इधर के किस जगह पे बाद में जो चीज ठीक है जी ऐ तुसी देखो अंदर दी जड़ी मेन हॉल है दीवान हॉल है ऐ दीवान हॉल है आजकल भी मजहबी प्रैक्टिसेस वास्ते यूज किया जाता है इत्थे कोई आम लिविंग नहीं है इत्थे सिर्फ और सिर्फ जदों मुहर्रम आते हैं तो उन्होंने दिनों मजालिस होंगे
ਆਹ ਦੇਖੋ ਜੀ, ਉੱਤੇ ਕਿਰਪਾਨ, ਥੱਲੇ ਠੀਕ ਹੈ ਜੀ। ਸਾਈਨ ਕੋਸਾਈਨ ਦੀ ਜਿਹੜੀ ਮੈਂ ਗੱਲ ਕਰਨਾ ਹੁੰਦਾ ਵਾਂ, ਕਿਉਂਕਿ ਮੈਂ 2012-13 ਤੋਂ ਕੰਮ ਸ਼ੁਰੂ ਕੀਤਾ ਸੀ ਹਿਸਟਰੀ ਦੇ ਉੱਤੇ। ਇਹ ਸੇਮ ਇੱਧਰ ਵੀ ਹੈ, ਓਕੇ ਜੀ। ਮੈਂ ਦੁਬਾਰਾ ਤੋਂ ਉਹਨੂੰ ਦੱਸਣਾ ਵਾਂ ਤੁਹਾਨੂੰ, ਤੁਸੀਂ ਉਹ ਦੇਖ ਲੈਣਾ। ਇਹ ਜੋੜਾ ਘਰ ਔਰ ਇਹ ਫਸਟ ਫਲੋਰ ਨੂੰ ਚਲਾ ਜਾਂਦਾ। ਮੈਂ ਆਖਰੀ ਪਲੇਟ ਇਹ ਔਰਤੋਂ ਕਾ ਗੁਰਦੁਆਰਾ ਥਾ, ਠੀਕ ਹੈ ਜੀ। ਇਸਤਰੀ ਜੀ, ਲਓ ਜੀ ਇਹ ਲੈ ਜੀ, ਠੀਕ ਹੈ ਜੀ। ਉਹਨਾਂ ਨੇ ਕਿਹਾ ਤੁਸੀਂ ਜੀ ਥੋੜ੍ਹਾ ਜਿਹਾ ਫਾਸਲੇ 'ਤੇ ਰੱਖੋ, ਅਤੇ ਇਹ ਫਾਸਲੇ 'ਤੇ ਰੱਖ ਦਿੱਤਾ। ਥੈਂਕ ਯੂ ਦਿਲਜਾਨ, ਪਲੀਜ਼ ਮੈਨੂੰ ਟਰਾਂਸਲੇਸ਼ਨ ਚਾਹੀਦੀ ਹੈ, ਜਲਦੀ ਨਾਲ ਟਰਾਂਸਲੇਟ ਕਰਿਆ ਕਰੋ ਯਾਰ। ਟਾਈਮ ਥੋੜ੍ਹਾ ਹੁੰਦਾ ਕਿਸੇ ਕੋਲੋਂ, ਟਾਈਮ ਲਿਆ ਹੁੰਦਾ, ਬੰਦੇ ਨੇ ਨਮਾਜ਼ ਪੜ੍ਹਨ ਲਈ ਜਾਣਾ, ਹੋਰ ਪ੍ਰੋਬਲਮ ਨੇ ਕਿੰਨੇ। ਸਤਨਾਮ ਸਿੰਘ ਜੀ ਪਲੀਜ਼ ਕੋਈ ਟਰਾਂਸਲੇਟ ਵੀ ਕਰ ਦਿਓ ਉਹਨੂੰ। ਹੈਲੋ ਜੀ, ਇਹ ਫੋਕਸ ਕਰ ਦਿੱਤਾ ਪੂਰਾ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਇਹ ਬਸ ਉਹ ਲਿਖਾ ਹੋਇਆ ਹੈ ਕਿ ਜਿਨ੍ਹਾਂ ਨੇ ਦੀਵਾਰ ਕੀ ਮਤਲਬ ਦਰਵਾਜ਼ੋਂ ਕੀ ਕਰਵਾਈ ਹੈ ਨਾ, ਇਹ ਲਿਖਾ ਹੋਇਆ ਗੁਰਦੁਆਰਾ ਸ੍ਰੀ ਇਸਤਰੀ ਸਾਹਿਬ, ਇਸਤਰੀ ਇਸਤਰੀ ਸਤਸੰਗ ਸਭਾ ਜੋ ਹੈ। ਸਪੁਤਨੀ ਨੰਦ ਲਾਲ ਜੀ, ਠੀਕ ਹੈ ਜੀ, ਸੇਵਾ ਸਪੁਤਨੀ ਨੰਦ ਲਾਲ ਜੀ, ਗੁਰਦੁਆਰਾ ਇਸਤਰੀ ਸਾਹਿਬ ਸਤਸੰਗ ਸਭਾ। ਇਹ ਦੇਖੋ, ਇਹ ਤੁਸੀਂ ਉੱਤੇ ਰੈਜੀਡੈਂਸ਼ੀਅਲ ਰੂਮ ਨੇ ਜੀ, ਉੱਤੇ ਕੋਈ ਚੀਜ਼ ਨਹੀਂ ਹੈ ਬਸ, ਬਾਕੀ ਇਹ ਸੋਹਣੀ ਸੇਵਾ ਕੀਤੀ ਹੋਈ ਹੈ। ਟਾਈਲ ਵਰਕ ਬਹੁਤ ਸੋਹਣਾ ਹੈ, ਆਹ ਦੇਖੋ। ਠੀਕ ਹੈ ਜੀ, ਬਾਹਰ ਦੇ ਹੁਣ ਫੈਕਟਸ ਤੁਹਾਨੂੰ ਦਿਖਾਉਣਾ ਵਾਂ ਕਿ ਜਿਹੜੇ ਸ਼ਬਦ ਜਿਹੜੇ ਨੇ ਬਾਹਰ ਲਿਖੇ ਹੋਏ ਨੇ। ਓਕੇ, ਉਹ ਉੱਤੇ ਤੁਸੀਂ ਅਗਰ ਦੇਖੋ ਤਾਂ ਉੱਥੇ ਸ਼ਬਦ ਵੀ ਲਿਖੇ ਨੇ, ਗੁਰੂ ਖੰਡਾ ਵੀ ਬਣਿਆ ਹੋਇਆ। ਐਨੀਵੇਸ, ਮੈਂ ਤੁਹਾਨੂੰ ਟਰਾਈ ਕਰਦਾ ਥੋੜ੍ਹਾ ਜਿਹਾ ਕੈਮਰਾ ਕਲੋਜ਼ ਕਰਨ ਦੀ, ਠੀਕ ਹੈ ਜੀ। ਉਹ ਉੱਤੇ ਦੇਖੋ ਤੁਸੀਂ, ਅਤੇ ਸ਼ਬਦ ਲਿਖੇ ਹੋਏ ਨਜ਼ਰ ਆ ਰਹੇ ਨੇ। ਆਹ ਦੇਖੋ ਉੱਤੇ, ਠੀਕ ਹੈ ਜੀ। ਵੈਸੇ ਤਾਂ ਸਭ ਤੋਂ ਪਹਿਲੇ ਮੈਂ ਇਹ ਗੁਰਦੁਆਰਾ ਜਿਹੜਾ ਸੀ ਡਿਸਕਵਰ ਕੀਤਾ ਸੀ 2014 ਵਿੱਚ ਆ ਕੇ, ਫਿਰ ਉਸ ਤੋਂ ਬਾਅਦ ਮੈਂ ਇੱਥੇ ਆ ਕੇ ਕੀਤਾ ਸੀ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਗਰੁੱਪ। ਉਸ ਵੇਲੇ ਮੈਂ ਬਾਬਰ ਜਲੰਧਰੀ ਵਾਲੇ ਗਰੁੱਪ ਸਾਂ, ਉਹਦੇ ਵਿੱਚ ਮੈਂ ਦਿਖਾ ਰਿਹਾ ਹੁੰਦਾ ਸਾਂ,
ਠੀਕ ਹੈ ਜੀ। ਸਭ ਤੋਂ ਪਹਿਲੇ ਉਸ ਵੇਲੇ ਗੁਰਪ੍ਰੀਤ ਸਿੰਘ ਆਨੰਦ ਔਰ ਬਾਕੀ ਜਿਹੜੇ ਦੋਸਤ ਸਨ ਉਹਨਾਂ ਨੇ ਹੀ ਦੱਸਿਆ ਸੀ ਕਿ ਵੀ ਇਸ ਗੁਰਦੁਆਰੇ ਦੇ ਬਾਰੇ 'ਚ। ਰਾਈਟ, ਤੁਹਾਨੂੰ ਥੋੜ੍ਹਾ ਜਿਹਾ ਕਿਉਂਕਿ ਲਾਈਵ ਦੇ ਵਿੱਚ ਇੱਕਦਮ ਤੁਹਾਨੂੰ ਇਹ ਦਿਖਾਉਣਾ ਜਿਹੜਾ ਥੋੜ੍ਹਾ ਜਿਹਾ ਔਖਾ ਹੁੰਦਾ ਹੈ। ਠੀਕ ਹੈ ਜੀ। ਠੀਕ ਹੈ ਜੀ, ਇਹ ਗਲੀ ਅੱਗੇ ਚੱਲ ਰਹੀ ਹੈ। ਨੈਕਸਟ ਸਾਡਾ ਮਾਈਲਸਟੋਨ ਹੈ, ਅੱਜ ਇੱਕ ਨਵੀਂ ਜਗ੍ਹਾ ਉਹ ਮੈਂ ਦਿਖਾਉਣ ਲਈ ਤੁਹਾਨੂੰ ਜਾ ਰਿਹਾ ਵਾਂ, ਅਤੇ ਪਲੀਜ਼ ਮੈਂ 2014 ਵਾਲੇ ਫੈਕਟਸ ਵੀ ਜਿਹੜੇ ਨੇ ਉਹ ਤੁਹਾਨੂੰ ਦਿਖਾਵਾਂਗਾ ਜਦੋਂ ਮੈਂ ਇੱਕ ਇੱਕ ਘਰ ਦੇ ਉੱਤੇ ਜਿਹੜੇ ਲੱਗੇ ਹੋਏ ਗੁਰੂ ਖੰਡੇ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਮੈਂ ਉਹ ਦਿਖਾਈਆਂ ਸਨ। ਠੀਕ ਹੈ ਜੀ, ਔਰ ਇਟਸ ਮਾਈ ਡਿਸਕਵਰੀ, ਹੁਣ ਦੀ ਨਹੀਂ 2014 ਦੀ ਹੈ। ਰੱਬ ਰੱਖਾ ਜੀ, ਵੇਟ ਫੋਰ ਨੈਕਸਟ ਵੀਡੀਓ ਪਲੀਜ਼।